ਪੰਜਾਬ ਵਿੱਚ ਨਸ਼ਿਆਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ ਅਤੇ ਸੂਬੇ ਦੀ ਜਵਾਨੀ ਨੂੰ ਇਸ ਨਰਕ ਵਿੱਚੋਂ ਕੱਢਣਾ ਚਾਹੁੰਦੀ ਹੈ। ਪਿਛਲੇ 2 ਦਿਨਾਂ ਦੌਰਾਨ ਨਸ਼ੇ ਦੇ ਕਾਰਨ ਸੂਬੇ ਵਿੱਚ ਕਈ ਮੌਤਾਂ ਹੋ ਗਈਆਂ ਹਨ, ਜਿਸ ਦੇ ਚੱਲਦੇ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਵਿਰੋਧੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਅਤੇ ਨਸ਼ੇ ਦੇ ਵਪਾਰੀਆਂ ਦੇ ਨਾਂ ਫੜੇ ਜਾਣ 'ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆ ਗਿਆ ਹੈ। ਅਜਿਹੇ ਵਿੱਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਨਸ਼ਾ ਤਸਕਰੀ 'ਤੇ ਕਾਬੂ ਪਾਉਣ ਲਈ ਸਰਕਾਰ ਕਾਰਵਾਈ ਕਰ ਰਹੀ ਹੈ ਅਤੇ ਪੁਲਿਸ ਨੇ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਧਕੇਲ ਦਿੱਤਾ ਹੈ। ਸੁਖਪਾਲ ਖੇਰਾ ਜੋ ਮਰਜ਼ੀ ਕੋ ਤਾਂ ਰੋਜ਼ ਹੀ ਬੋਲੀ ਜਾਂਦੇ ਉਹਦਾ ਮੇਕਸ ਨੋ ਡਿਫਰੈਂਸ। ਬਿਕੋਜ਼ ਹੀ ਵਾਂਟਸ ਟੂ ਓਨਲੀ ਅਪੀਅਰ ਇਨ ਦ ਨਿਊਜ਼, ਅਖਬਾਰਾਂ 'ਚ ਆਉਣਾ ਚਾਹੁੰਦਾ ਹੈ, ਖਬਰਾਂ 'ਚ ਆਉਣਾ ਚਾਹੁੰਦਾ ਹੈ। ਗੱਲ ਇਹ ਹੈ ਕਿ ਜਿਹੜੀ 1200 ਰੁਪਏ ਹੈਰੋਇਨ ਸੀ, ਨਾਊ ਇਟਸ ਨੀਅਰਲੀ 6000। 10,000 ਬੰਦੇ ਜੇਲ੍ਹ 'ਚ ਪਾ ਦਿੱਤੇ, ਸਾਡੀ ਕਪੈਸਿਟੀ ਜੇਲ੍ਹਾਂ ਦੀ 22,000 ਹੈ। ਹਾਫ ਆਫ ਦ ਮਾਰ ਡਰੱਗ ਸੈਲਰਸ, ਵੱਡੇ ਸੈਲਰਸ ਨੂੰ ਅਸੀਂ ਹੁਣ ਪਾੜਨ ਦੀ ਵੀ ਆਰ ਗੈਟਿੰਗ ਆਨ ਟੂ ਦਮ। ਇਟ ਇਜ਼ ਵੀ ਕੈਨ ਓਨਲੀ ਬ੍ਰਿੰਗ ਦ ਪ੍ਰੈਸ਼ਰ, ਬਾਕੀ ਤਾਂ ਸਾਰੀ ਸੁਸਾਇਟੀ ਨੂੰ, ਸਾਰੇ ਪੰਜਾਬ ਨੂੰ, ਆਪਣੇ ਬੱਚਿਆਂ ਨੂੰ ਸਾਹਮਣਾ ਪਊਗਾ। ਜਿੱਥੇ ਤਾਈਂ ਪ੍ਰੈਸ਼ਰ ਫਰੋਮ ਦ ਪੁਲੀਸ ਇਟਸ ਦੇਅਰ, ਜੋ ਸਾਡੇ ਕਰਨੇ ਨੇ ਡੀ ਡਿਕਸ਼ਨ ਸੈਂਟਰਸ ਉਹ ਪੂਰੇ ਚੱਲ ਰਹੇ ਨੇ। ਵੀ ਕੈਨ ਗਿਵ ਟ੍ਰੀਟਮੈਂਟ ਟੂ ਐਂਡ ਵੀ ਗਿਵਨ ਆਲਰੇਡੀ ਲੱਖਾਂ ਨੂੰ ਟ੍ਰੀਟਮੈਂਟ ਦੇ ਚੁੱਕੇ ਹਾਂ। ਸੋ ਦੇ ਸ਼ੁੱਡ ਕਮ, ਉਹ ਬੱਚਿਆਂ ਨੂੰ ਲੈ ਕੇ ਆਉਣ ਉੱਥੇ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋਧਪੁਰ ਜੇਲ੍ਹ 'ਚ ਨਜ਼ਰਬੰਦ ਰਹੇ ਸਿੱਖ ਕੈਦੀਆਂ ਨੂੰ ਪੰਜਾਬ ਸਰਕਾਰ ਦੇ ਹਿੱਸੇ ਦੀ ਮੁਆਵਜ਼ਾ ਰਾਸ਼ੀ ਵੀ ਵੰਡ ਦਿੱਤੀ ਹੈ। ਸਪੋਕਸਮੈਨ ਟੀਵੀ ਲਈ ਚੰਡੀਗੜ੍ਹ ਤੋਂ ਸੁਖਵਿੰਦਰ ਸਿੰਘ ਦੀ ਰਿਪੋਰਟ।